ਉਹ ਡੇਲੀ ਸਫਾਈ ਕਰਕੇ ਜਿਹੜਾ ਕੂੜਾ ਹੁੰਦਾ ਇਕੱਠਾ ਕਰਕੇ ਉਹਨੂੰ ਅੱਗ ਲਾਉਂਦੇ ਹੈਗੇ। ਸੋ ਵਿੱਚ ਥੋੜਾ ਵੀ ਫਲੇਮੇਬਲ ਮਟੀਰੀਅਲ ਹੋਏਗਾ, ਬੋਟਲ ਵਗੈਰਾ ਸੀਗੀ ਜਿਹਨੂੰ ਟੈਂਪਰੇਚਰ ਵਧਣ ਕਰਕੇ ਹੀਟ ਹੋਣ ਕਰਕੇ ਥੋੜਾ ਬਲਾਸਟ ਹੋ ਗਿਆ। ਲੁਧਿਆਣਾ ਦੀ ਕਚਹਿਰੀ 'ਚ ਬਣੇ ਪੁਰਾਣੇ ਮਾਲ ਗੋਦਾਮ 'ਚ ਧਮਾਕਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ, ਜਿਸ ਤੋਂ ਬਾਅਦ ਲੋਕਾਂ 'ਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਧਮਾਕੇ ਦੀ ਖਬਰ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚਿਆ ਅਤੇ ਨਾਲ ਹੀ ਬੰਬ ਵਿਰੋਧੀ ਦਸਤੇ ਨੂੰ ਵੀ ਸੱਦ ਲੈ ਗਿਆ, ਜਿਨ੍ਹਾਂ ਵੱਲੋਂ ਮਾਲ ਗੋਦਾਮ ਦੀ ਜਾਂਚ ਕੀਤੀ ਗਈ। ਦੱਸਿਆ ਜਾ ਰਿਹਾ ਕਿ ਸਵੇਰੇ ਜਦੋਂ ਸਫਾਈ ਕਰਮਚਾਰੀ ਸਫਾਈ ਕਰਨ ਲਈ ਪੁੱਜੇ ਤਾਂ ਉਸ ਵੇਲੇ ਬੋਤਲ 'ਚ ਧਮਾਕਾ ਹੋਇਆ, ਜਿਸ ਕਾਰਨ ਬੋਤਲ ਦੇ ਕੁਝ ਟੁਕੜੇ ਸਫਾਈ ਕਰਮਚਾਰੀ ਨੂੰ ਵੀ ਆ ਕੇ ਲੱਗੇ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ। ਇਸ ਸੰਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਫਾਈ ਸੇਵਕ ਜਦੋਂ ਪੁਰਾਣੇ ਮਾਲ ਗੋਦਾਮ 'ਚ ਸਫਾਈ ਕਰਨ ਲਈ ਆਇਆ ਤਾਂ ਕੂੜਾ ਇਕੱਠਾ ਕਰਕੇ ਅੱਗ ਲਗਾ ਦਿੱਤੀ, ਜਿਸ ਤੋਂ ਬਾਅਦ ਇਹ ਧਮਾਕਾ ਹੋਇਆ ਹੈ। ਉਹਨਾਂ ਕਿਹਾ ਕਿ ਧਮਾਕਾ ਕਿਸ ਚੀਜ਼ ਦਾ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ, ਪਰ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਕੂੜੇ 'ਚ ਉਹ ਧੁੱਕ ਕੇ ਅੱਗ ਲੱਗ ਗਈ। ਅੱਗ ਲੱਗਣਾ ਵਿੱਚ ਕੋਈ ਨਾ ਪਟਾਕੇ ਪਏ ਸੀ ਪੁਰਾਣੇ ਇੱਥੇ ਮਾਲਖਾਨੇ 'ਚ, ਤੇ ਮਾਲਖਾਨੇ ਪਟਾਕੇ ਪਏ, ਉਹ ਫਿਰ ਪਟਾਕਾ ਬੋਲ ਗਿਆ। ਕਿਸ ਚੀਜ਼ ਦੇ ਪਟਾਕੇ ਸੀ ਇਹ ਨਹੀਂ ਪਤਾ ਜੀ, ਕਾਹਦੇ ਸੀਗੇ ਝਾੜੂ ਲਾ ਰਿਹਾ ਸੀਗਾ, ਜਖਮੀ ਮਾੜਾ ਜਿਹਾ ਕੱਚ ਲੱਗਾ ਉਹਦੇ ਇੰਨਾ ਪੈਰ 'ਚ, ਸ਼ੀਸ਼ੇ ਟੁੱਟ ਗਏ ਮਾੜੇ ਜਿਹੇ, ਕੱਚ ਦੇ। ਜਗ੍ਹਾ ਕਿਹੜੀ ਹੈ, ਕਿੱਥੇ ਹੋਇਆ ਧਮਾਕਾ? ਇਹੀ ਮਾਲਖਾਨਾ ਮਾਲੀ ਨਵੀਂ ਕਚਹਿਰੀ ਨਾ ਮਾਲ ਇੱਥੇ ਅੱਗ ਲੱਗੀ ਸੀ ਪਹਿਲਾਂ ਪਹਿਲਾਂ ਉਧਰ ਗੱਲ ਕੀ ਸਾਹਮਣੇ ਸ਼ੀਸ਼ਾ ਟੁੱਟਿਆ ਅੰਦਰਲੇ ਪਾਸੋਂ ਟੁੱਟਿਆ ਆਇਆ ਵਾ, ਅੰਦਰੋਂ ਨਹੀਂ ਟੁੱਟਿਆ, ਬਾਹਰੋਂ ਧਮਾਕੇ ਨਾਲ ਟੁੱਟਿਆ ਜੀ। ਮਾਲਖਾਨਾ ਸਾਫ ਕਰਕੇ ਬਾਹਰ ਮਾਲ ਸਿੱਟਦੇ ਆ, ਕੋਈ ਪਤਾ ਨੀ ਉਹਦੇ ਵਿੱਚ ਕੀ ਸੀਗਾ, ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ ਜਿਨ੍ਹਾਂ ਨੇ ਸਫਾਈ ਕਰਕੇ ਬਾਹਰ ਸਿੱਟਿਆ, ਹੁਣ ਇਹ ਨੀ ਪਤਾ ਜੀ, ਸਾਰਾ ਸਫਾਈ ਕਰ ਰਹੇ ਹੁਣ, ਮਾਲਖਾਨਾ ਖਾਲੀ, ਜੱਜ ਸਾਹਿਬ ਦਾ ਹੁਕਮ ਆ ਬਈ ਮਾਲਖਾਨਾ ਹਫ਼ਤੇ 'ਚ ਖਾਲੀ ਕਰ ਦੋ, ਪਟਾਕੇ ਸਰ ਮੈਨੂੰ ਨੀ ਪਤਾ ਹੈਗਾ, ਉਹ ਸਫਾਈ ਕਰਕੇ। ਇਸ ਦੇ ਨਾਲ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਕਿ ਅੱਗ ਕਾਰਨ ਤਾਪਮਾਨ ਵਧਿਆ ਅਤੇ ਕੂੜੇ 'ਚ ਇਕੱਠੀ ਹੋਈ ਬੋਤਲ 'ਚ ਧਮਾਕਾ ਹੋ ਗਿਆ, ਜਿਸ ਕਾਰਨ ਬਿਲਡਿੰਗ ਦੇ ਵੀ ਕੁਝ ਸ਼ੀਸ਼ੇ ਨੁਕਸਾਨੇ ਗਏ ਨੇ ਅਤੇ ਸਫਾਈ ਕਰਮਚਾਰੀ ਜ਼ਖਮੀ ਹੋਇਆ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਇਸ ਮਾਲਖਾਨੇ ਨੂੰ ਸਾਫ਼ ਕਰਵਾਇਆ ਜਾ ਰਿਹਾ ਹੈ ਤਾਂ ਜੋ ਅੱਗੇ ਤੋਂ ਕੋਈ ਅਜਿਹੀ ਘਟਨਾ ਨਾ ਵਾਪਰੇ। ਇਹ ਕੁਛ ਨਹੀਂ ਜੀ, ਸਾਡੇ ਇੱਕ ਸਫਾਈ ਵਾਲੇ ਕਰਮਚਾਰੀ ਹੈਗੇ ਨੇ, ਉਹ ਡੇਲੀ ਸਫਾਈ ਕਰਕੇ ਜਿਹੜਾ ਕੂੜਾ ਹੁੰਦਾ ਇਕੱਠਾ ਕਰਕੇ ਉਹਨੂੰ ਅੱਗ ਲਾਉਂਦੇ ਹੈਗੇ। ਸੋ ਵਿੱਚ ਥੋੜ੍ਹਾ ਕੋਈ ਫਲੇਮੇਬਲ ਮਟੀਰੀਅਲ ਹੋਏਗਾ, ਬੋਟਲ ਵਗੈਰਾ ਸੀਗੀ ਜਿਹਨੂੰ ਟੈਂਪਰੇਚਰ ਵਧਣ ਕਰਕੇ ਹੀਟ ਹੋਣ ਕਰਕੇ ਥੋੜਾ ਬਲਾਸਟ ਹੋ ਗਿਆ ਸੀ। ਬਲਾਸਟ ਪਰ ਸਰ ਸ਼ੀਸ਼ੇ, ਸਾਰੇ ਸ਼ੀਸ਼ੇ ਟੁੱਟ ਗਏ ਨੇ ਜੀ ਖਿੜਕੀਆਂ ਦੇ। ਉਹੀ ਹੈ ਜੀ, ਜਦੋਂ ਟੈਂਪਰੇਚਰ ਵੱਧਦਾ ਬੋਟਲ ਕੋਈ ਹੁੰਦੀ ਹੈਗੀ ਆ, ਠੀਕ ਹੈ, ਕੋਈ ਇੱਦਾਂ ਫਲੇਮੇਬਲ ਮਟੀਰੀਅਲ ਹੁੰਦਾ ਜੀ ਉਹਨਾਂ ਲੱਗ ਗਿਆ ਨਾ, ਹੋਰ ਕੁਛ ਨਹੀਂ ਹੁੰਦਾ, ਮਾੜਾ ਪੈਰ ਦੇ ਕੱਚ ਲੱਗਿਆ ਹੈਗਾ, ਜਿਹੜੇ ਸਾਡੇ ਮੁਲਾਜ਼ਮ ਉਹ ਕਰਮਚਾਰੀ ਨੇ ਅੱਗ ਲਗਾਈ ਸੀਗੀ, ਠੀਕ ਹੈ ਜੀ, ਉਹਦਾ ਹੁਣ ਆਪਾਂ ਮੈਡੀਕਲੀ ਭੇਜ ਦਿੱਤਾ ਹੈ। ਕੋਈ ਜਾਨੀ ਨੁਕਸਾਨ ਤਾਂ ਨਹੀਂ? ਨਹੀਂ ਨਹੀਂ ਜੀ, ਉਹ ਤਾਂ ਕੱਚ ਲੱਗਣ ਕਰਕੇ ਆ ਗਿਆ, ਜਿਹਨਾਂ ਨੇ ਅੱਗ ਲਗਾਈ ਸੀ ਉਹਨਾਂ ਦੇ ਪੈਰ ਲੱਗੇ। ਦੇਖੋ ਹੁਣ ਤਾਂ ਫਿਲਹਾਲ ਤੁਹਾਡੇ ਸਾਹਮਣੇ ਹੀ ਹੈ, ਖਾਲੀ ਪਿਆ ਹੈਗਾ ਸਾਰੇ। ਕਹਿੰਦੇ ਪਹਿਲਾਂ ਗੱਡੀ ਖੜੀ ਸੀ ਇੱਥੋਂ, ਗੱਡੀ ਵੀ ਧੱਕੇ ਨਾਲ ਪਰੇ ਕੀਤੀ ਗਈ ਆ। ਧੱਕੇ ਨਾਲ ਗੱਡੀ ਨਹੀਂ, ਮੇਰੇ ਹਿਸਾਬ ਨਾਲ ਹੁੰਦੀ ਪਰੇ, ਤੁਹਾਡੇ ਸਾਹਮਣੇ ਖਾਲੀ ਪਿਆ ਹੈਗਾ, ਬਾਕੀ ਕੋਈ ਨਹੀਂ ਆਪਾਂ ਦੇਖ ਲੈਂਦੇ ਹਾਂ। ਇੱਥੇ ਸਰ ਇਹ ਮਾਲ ਗੋਦਾਮ ਨੂੰ ਪਹਿਲਾਂ ਇੱਥੇ ਅੱਗ ਲੱਗੀ ਸੀਗੀ ਕਿ ਇਹਨੂੰ ਸਫਾਈ ਸੂਟ ਕੀਤੀ ਜਾ ਰਹੀ ਸੁਣਿਆ ਕਿਹੜਾ ਕਿਤੇ ਆ ਰਿਹਾ ਮਾਲ ਗੋਦਾਮ? ਨਹੀਂ, ਇਹ ਖਾਲੀ ਕੀਤਾ ਜਾ ਰਿਹਾ ਜੀ ਇੱਥੋਂ ਸਦਰ ਮਾਲਖਾਨਾ ਜਿਹੜਾ, ਉੱਥੋਂ ਸਾਰੇ ਥਾਣੇ ਜਿਹੜੇ ਆਪਣਾ ਮਾਲ ਵਗੈਰਾ ਸ਼ਿਫਟ ਕਰ ਰਹੇ। ਕਾਬਲੇ ਗੌਰ ਹੈ ਕਿ ਸਵੇਰੇ ਹੋਏ ਇਸ ਧਮਾਕੇ ਦੇ ਨਾਲ ਮਾਲ ਗੋਦਾਮ ਦੀ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਧੂੰਆਂ ਵੀ ਦੇਖਣ ਨੂੰ ਮਿਲਿਆ, ਜਿਸ ਕਰਕੇ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਵੀ ਸੱਦਿਆ ਗਿਆ। ਮਾਲ ਗੋਦਾਮ ਕਾਫੀ ਪੁਰਾਣਾ ਹੈ ਅਤੇ ਇੱਥੇ ਜ਼ਿਆਦਾਤਰ ਕਚਹਿਰੀ ਦੇ ਰਿਕਾਰਡ ਨੂੰ ਰੱਖਿਆ ਜਾਂਦਾ ਸੀ, ਪਰ ਨਵੀਂ ਇਮਾਰਤ ਬਣਨ ਕਾਰਨ ਉੱਥੇ ਦਸਤਾਵੇਜ਼ ਰੱਖੇ ਜਾਂਦੇ ਨੇ। ਦੱਸਦੇ ਕਿ ਇਸ ਤੋਂ ਪਹਿਲਾਂ ਵੀ ਦਸੰਬਰ 2021 'ਚ ਕਚਹਿਰੀ ਅੰਦਰ ਵੱਡਾ ਧਮਾਕਾ ਹੋਇਆ ਸੀ, ਜਿਸ 'ਚ ਕਈ ਲੋਕ ਜ਼ਖਮੀ ਹੋਏ ਸਨ। ਸ਼ਖਸ ਜਿਸ ਨੇ ਮਨੁੱਖੀ ਬੰਬ ਲਗਾਇਆ ਸੀ ਉਸਦੀ ਵੀ ਮੌਤ ਹੋ ਗਈ ਸੀ। ਇਸ ਕਰਕੇ ਅੱਜ ਜਦੋਂ ਮਾਲ ਗੋਦਾਮ ਨੇੜੇ ਧਮਾਕਾ ਹੋਇਆ ਤਾਂ ਲੋਕਾਂ 'ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਲੁਧਿਆਣਾ ਤੋਂ ਲਖਵਿੰਦਰ ਸਿੰਘ, ਪੰਜਾਬੀ ਲੋਕ ਚੈਨਲ।